ਜਾ ਯਾਰ ਅਸੀਂ ਨਾ ਰਾਸਤੇ ਚ ਲੰਘਣ ਦੇ ਸੀਗੇ ਤੇ ਜਾੜਾ ਸੀ ਅਸੀਂ ਕੰਮ ਕੁਮ ਆਏ ਸੀ ਆਪਣੇ ਰਿਸ਼ਤੇਦਾਰਾਂ ਕੋ ਤੇ ਆ ਮੇਰਾ ਭਰਾ ਕਹਿੰਦਾ ਨਾ ਇੱਥੇ ਤਲੂੰਬਾ ਗੜਕ ਹੋਇਆ ਵਾ ਇੱਥੇ ਬੜਾ ਨਾ ਕੀਮਤੀ ਕੁੰਤੀ ਸ਼ਹਿਰ ਆ ਕਦੀਮ ਸ਼ਹਿਰ ਆ ਇਹ ਪੁਰਾਣਾ ਪੁਰਾਣਾ ਆਖੋ ਆਸੇ ਪਾਸੇ ਤੁਹਾਨੂੰ ਮਿੱਟੀ ਦੇ ਭਾਰ ਨਜ਼ਰ ਆਉਂਦੇ ਹੋਣੇ ਆ ਤੇ ਇੱਥੇ ਦੇ ਬੰਦੇ ਨਾਲ ਵੀ ਤੁਹਾਨੂੰ ਮਿਲਦੇ ਆ ਤੇ ਤੁਹਾਨੂੰ ਦਿਖਾਉਂਦਾ ਮੈਂ ਵੀਰੋ ਕੀ ਹਿਸਾਬ ਆ ਇੱਥੇ ਕਿਦਾਂ ਗੜਕ ਹੋਇਆ ਵਾ ਤੇ ਹੁਣ ਆ ਜਿਹੜਾ ਉਤਲੇ ਬੰਨੇ ਬੰਨੇ ਆ ਨਾ ਸਾਰਾ ਤੇ ਮੈਂ ਉੱਤੇ ਚੱਲਾ ਵਾ ਤੁਹਾਨੂੰ ਲੈ ਕੇ ਜਾਂਦੇ ਵੀਰਾਂ ਨੂੰ ਚੱਲ ਵੀ ਚੋਰੀ ਉਤਰੋਂ ਦਿਖਾਵਾਂਗੇ ਵੀਰਾ ਆਪਣਾ ਮਨ ਸਾਰਿਆਂ ਨੂੰ ਤੇ ਉੱਤੇ ਚੜ ਰਹੇ ਆ ਤੇ ਉੱਤੇ ਜਾ ਕੇ ਇੱਕ ਬੰਦਾ ਸਾਨੂੰ ਨਾ ਉੱਥੇ ਆ ਨਜ਼ਰ ਆਇਆ ਵਾ ਉਹਨੂੰ ਮਿਲਣ ਜਾਵਾਂਗੇ ਅੱਲਾ ਕਹਿ ਤੇ ਉਹ ਸਾਡਾ ਵੀਰ ਇੱਕ ਹੋਰ ਮੋਟਰਸਾਈਕਲ ਵਾਲਾ ਓਏ ਓਏ ਬਾਕੀ ਕੈਮਰਾਮੈਨ ਭਰਾ ਧਿਆਨ ਨਾਲ ਆਵੇ ਤੇ ਇੱਕ ਡੁੱਗਲ ਜਾਵੇ ਸੰਭਲ ਕੇ ਆਵੇ ਮੈਂ ਕਹਿੰਦਾ ਵਾ ਮੇਰਾ ਭਰਾ ਕੈਮਰੇ ਵਾਲੇ ਆ ਤੇ ਉਹ ਬੰਦੇ ਨੂੰ ਬਲੌਕ ਖਾਈ ਉੱਤੇ ਨਾ ਲੈ ਧਿਆਨ ਨਾਲ ਜੀ ਲੈ ਲੈ आस पास मेरे ना भरावां नूं यार कैमरा मार के उधर उधर दिखाई ਕੀ ਹਿਸਾਬ ਆ ਕਿੱਦਾਂ ਵਾ ਇੱਥੇ ਤੇ ਅਸੀਂ ਰਾਸ਼ੀ ਆ ਜੀ ਅੱਛਾ ਇੱਥੇ ਗੁਨਾਹ ਬਹੁਤ ਹੁੰਦੇ ਸੀ ਨਹੀਂ ਤੁਹਾਡੇ ਨਾਲ ਵੀ ਐਦਾ ਹਾਂਜੀ ਵੀਰ ਜੀ ਆਹ ਬੰਦਾ ਤਲੂੰਬੇ ਦਾ ਵਾ ਅਸਲਾਮ ਵਾਲੇਕੁਮ ਵੀਰ ਜੀ ਵਾਲੇਕੁਮ ਸਲਾਮ ਜੀ ਇਹ ਵੀਰ ਜੀ ਆ ਜਿਹੜਾ ਤਲੂੰਬਾ ਗਰਕ ਹੋਇਆ ਵਾ ਇਹ ਕਿੱਦਾਂ ਹੋਇਆ ਸਾਡੇ ਬਜ਼ੁਰਗ ਹੀ ਦੱਸਦੇ ਹੁੰਦੇ ਸੀ ਵੀ ਇੱਥੇ ਬਾਦਸ਼ਾਹ ਦੇ ਨਾਮ ਸੀ ਸਹੀ ਬਾਦਸ਼ਾਹ ਦੇ ਨਾਮ ਇਹ ਉਸ ਵਕਤ ਨਾਲ ਵਿੱਚ ਇੱਥੇ ਗੁਨਾਹ ਬਹੁਤ ਜ਼ਿਆਦਾ ਹੁੰਦੇ ਸੀ ਸਹੀ ਫੈਸ਼ ਬਹੁਤ ਹੁੰਦੇ ਸੀ ਯਾਨੀ ਕਿ ਨਾਚ ਗਾਣੇ ਸ਼ਰਾਬ ਜੂਆ ਇਹ ਦੋ ਵਾਰ ਗਰਕ ਹੋਇਆ ਵਾ ਦੋ ਵਾਰ ਅਤੇ ਇੱਥੇ ਹਰ ਸਾਲ ਇੱਥੇ ਇੱਕ ਇੰਤਜ਼ਾਮ ਬਣਿਆ ਵੀ ਕਮਰਾ ਵਗੈਰਾ ਬਣਿਆ ਹੀ ਹੋਇਆ ਉੱਥੇ ਉਰਸ ਹੁੰਦਾ ਅੱਛਾ ਉਰਸ ਵੀ ਇੱਥੇ ਲੱਗਦਾ ਉਰਸ ਵੀ ਲੱਗਦਾ ਅਤੇ ਉੱਥੇ ਲੜਾਈ ਹਰ ਸਾਲ ਲੜਾਈ ਜ਼ਰੂਰ ਹੁੰਦੀ ਹਰ ਸਾਲ ਉਰਸ 'ਤੇ ਲੜਾਈ ਜ਼ਰੂਰ ਹੁੰਦੀ ਆ ਅਤੇ ਇੱਥੇ ਜਿਹੜੀ ਜਗ੍ਹਾ ਨਾ ਜਗ੍ਹਾ ਨੂੰ ਸਰਦੀ ਦਾ ਮੌਸਮ ਵਾਮ ਨਜ਼ਰ ਨਹੀਂ ਆ ਰਹੀ ਆਸੇ ਪਾਸੇ ਨਾ ਸਰਦੀ ਦਾ ਮੌਸਮ ਇਸ ਕਰਕੇ ਨਹੀਂ ਜ਼ਿਆਦਾਤਰ ਲੋਕ ਆਉਂਦੇ ਆ ਸਰਦੀ ਦੇ ਭਾਵੇਂ ਗਰਮੀ ਵਿੱਚ ਜਦੋਂ ਬਾਰਿਸ਼ ਪੈਂਦੀ ਹੁੰਦੀ ਨਾ ਹਾਂਜੀ ਉਦੋਂ ਇੱਥੇ ਲੋਕ ਆਉਂਦੇ ਆ ਉੱਥੇ ਸਟੋਨ ਵਗੈਰਾ ਬਹੁਤ ਲੱਭਦੇ ਆ ਸਹੀ ਹੋ ਇਹਨਾਂ ਲੋਕਾਂ ਨੂੰ ਇੱਥੇ ਬਹੁਤ ਕਾਫੀ ਲੋਕ ਆ ਜਿਹਨਾਂ ਨੂੰ ਲੱਭਦੇ ਵੀ ਆ ਸਹੀ ਹੋ ਪੁਰਾਣੀ ਕਦੀਮੀ ਤੇ ਤੁਹਾਨੂੰ ਇੱਥੇ ਰਹਿੰਦੇ ਨੂੰ ਕਿੰਨੀ ਦੇਰ ਹੋ ਗਈ ਆ ਸਾਡੇ ਵੱਡਿਆਂ ਨੂੰ ਤਾਂ ਇੱਥੇ ਰਹਿੰਦੇ ਨੂੰ ਤਕਰੀਬਨ ਕੋਈ ਪਾਕਿਸਤਾਨ ਬਣਿਆ ਉਦੋਂ ਹੀ ਅਸੀਂ ਆਏ ਹਾਂ ਉਸ ਤੋਂ ਬਾਅਦ ਚਲੋ ਆ ਵੀਰ ਜੀ ਜੇ ਆਪਣੀ ਆ ਵੀਡੀਓ ਨਾਲ ਕਾਮਯਾਬ ਹੋਈ ਨਾ ਤਾਂ ਤੁਹਾਨੂੰ ਅਸੀਂ ਹਰ ਵਲੋਗ ਦੇ ਵਿੱਚ ਆਪਣੇ ਲੈ ਕੇ ਆਵਾਂਗੇ ਤੇ ਭਰਾਵਾਂ ਦੇ ਇੰਟਰੋਡਕਸ਼ਨ ਕਰਾਵਾਂਗੇ ਇੰਟਰਟੇਨਮੈਂਟ ਦਿਖਾਵਾਂਗੇ ਸਾਰਿਆਂ ਵੀਰਾਂ ਭਰਾਵਾਂ ਨੂੰ ਹੈ ਤੇ ਅੱਜ ਦੇ ਸਾਡੇ ਨਾਲ ਆਏ ਆ ਸੁਲਮਾਨ ਜੋਠੋਜੀਆ ਜੀ ਤੇ ਆ ਵਾ ਆਪਣਾ ਵੀਰ ਬਲਾਲ ਤੁਹਾਨੂੰ ਦੱਸਿਆ ਜੀ ਇਹ ਆਪਣਾ ਭਰਾ ਵਾ ਤੇ ਆ ਤੁਹਾਨੂੰ ਉਹਨਾਂ ਪ੍ਰੇਮ ਤੁਹਾਨੂੰ ਦਿਖਾ ਦਈਏ ਜੀ ਆ ਵਾ ਤਲੂੰਬਾ ਗਰਗ ਹੋਇਆ ਜੀ ਇਹ ਕਹਿੰਦੇ ਆ ਇੱਥੇ ਨਾ ਯਮਨ ਕਜੀਟਾ ਹੁੰਦਾ ਰਿਹਾ ਵਾ ਕਹਿੰਦੇ ਆ ਇੱਥੇ ਨਾ ਯਮਨ ਕਜੀਟਾ ਹੁੰਦਾ ਰਿਹਾ ਵਾ ਇਸ ਕਰਕੇ ਨਾ ਯਮਨ ਕਜੀਟਾ ਹਾਂ ਤੇ ਆ ਦੇਖੋ ਤੁਹਾਨੂੰ ਪੂਰਾ ਵੀਡੀਓ ਦਿਖਾ ਦਈਏ ਤਲੂੰਬਾ ਭਾਈ ਜਾ ਰਿਹਾ ਭਾਈ ਹੁਣ ਦੱਸ ਕੇ ਸਾਨੂੰ ਸਟੋਰੀ ਤੇ ਉਹ ਭਾਈ ਸਾਨੂੰ ਸਟੋਰੀ ਨਾ ਸੁਣਾ ਕੇ ਫਿਰ ਕੱਦ ਹੋ ਗਿਆ ਅਬਸੁਰਦਾ ਜਿਹਾ ਹੋ ਗਿਆ ਵਾ ਤੇ ਉਹ ਜਾ ਰਿਹਾ ਵਾ ਉਹ ਅਬਸੁਰਦਾ ਜਿਹਾ ਹੋ ਗਿਆ ਕੋਈ ਚੀਜ਼ ਲੱਭਣਾ ਪਿਆ ਹੋਵੇ ਕੋਈ ਚੀਜ਼ ਲੱਭਣਾ ਪਿਆ ਲਾਦਾ ਸਾਰਾ ਵਿਊ ਦਿਖਾਉਂਦੇ ਆ ਤਲੂੰਬਾ ਗੜਕ ਹੋਏ ਦਾ ਸਾਰਾ ਹੀ ਆਸੋ ਪਾਸੋ ਕਿੱਡਾ ਕਦੀਮ ਜਿਹਾ ਸ਼ਹਿਰ ਵਾ ਤੇ ਪੁਰਾਣਾ ਪੁਰਾਣਾ ਤਰੀਕੀ ਆ ਇੱਥੇ ਬੜੇ ਨਾ ਗਨਾਹ ਹੋਏ ਹੁੰਦੇ ਆ ਯਾਨੀ ਕਿ ਤਾਂ ਹੀ ਇਹਨੂੰ ਤਲੂੰਬਾ ਗੜਕ ਹੋਇਆ ਵਾ ਤੁਸੀਂ ਆਹ ਤੁਹਾਨੂੰ ਦਿਖਾਉਂਦੇ ਆ ਆਹ ਖੁਜੀ ਟੁੱਟੀ ਆ ਵੀ ਇੱਧਰ ਆ ਮਾੜਾ ਜਿਹਾ ਵੀਰ ਅੱਗੇ ਆ ਦਿਖਾਈ ਆ ਖੁਜੀ ਟੁੱਟੀ ਤੁਹਾਨੂੰ ਜਿਹੜੀ ਲੱਭੀ ਇੱਥੋਂ ਇੱਧਰ ਆ ਕੇ ਕੈਮਰੇ ਲਾ ਕੇ ਕਰੀ ਮਾੜੀ ਜਿਹੀ ਖੁਜੀ ਟੁੱਟੀ ਆਹ ਦੇਖੋ ਖੁਜੀ ਟੁੱਟੀ ਲੱਭੀ ਵੀਰ ਨੂੰ ਸਹੀ ਹੋ ਗਿਆ ਜੀ ਆਹ ਤੁਹਾਨੂੰ ਟੋਇਆ ਜ਼ੂਮ ਕਰਕੇ ਦਿਖਾਈਆਂ ਜੀ ਆਹ ਲਾ ਇਹ ਆਹ ਵੇਖੋ ਹਾਂਜੀ ਵੀਰ ਜੀ ਹੁਣ ਇਹਦੇ ਨਾਲ ਹੀ ਨਾ ਸਾਡੀ ਆਹ ਵੀਡੀਓ ਖਤਮ ਹੁੰਦੀ ਆ ਤੇ ਵੀਰ ਜੀ ਤੁਸੀਂ ਨਾ ਭਰਾ ਨੂੰ ਦੱਬ ਕੇ ਸਪੋਰਟਾਂ ਕਰਨੀਆਂ ਉਹਦਾ ਨਾਮ ਅਜੀਬ ਲੋਕ ਲਾਵੀ ਹੋ ਗਿਆ